सर डीएचओ साहब बोल रहे हो? जी डीएचओ साहब बोल रहे हो? हाँ जी, हाँ जी सर, नमस्कार जी। सर थोड़े ना एक डिस्ट्रिक्ट बठिंडे दे विच बंदा नकली घ्यो बहुत ज्यादा बेच रहा है जी। बेच रहे हैं नकली देसी घी बेच रहे है जी। अच्छा, कड़ी जगह दस दो। सर अपना पिंड है जी डुलेवाल। डुलेवाल तो बड़ी बार दो बार जाए, वही कंप्लेंट हो रही है, वही बार बार हो रही है। हाँ बीर जी, बहुत जी कंप्लेंट बार बार हो रही है, उस पत्रकार है कोई वही कर रहा है। माल बरनाले साडे बहुत ज्यादा आ रहा है, गुड चवाया ਆਪਣੇ ਉਸ ਕੇਸ ਹੋਜੂਗਾ। ਹਾਂਜੀ, ਤੁਸੀਂ ਬਰਨਾਲੇ ਵਾਲੇ ਡੀਐਚਓ ਨੂੰ ਕਹੋ ਜਿੱਥੇ ਮਾਲ ਪਿਆ ਉੱਥੇ ਫੜਾ ਦਿਓ ਮਾਲ ਉਹਨੂੰ। ਠੀਕ ਹੈ ਨਾ ਜੀ? ਇਹ ਕੀ ਕਰਦੇ ਆ, ਜਿੱਥੇ ਬਣਾਉਂਦੇ ਆ ਤੇ ਬਣਾ ਕੇ ਰਾਤ ਬਰਾਤੇ ਕਿਵੇਂ ਬਣਾਉਂਦੇ ਆ ਪਤਾ ਨਹੀਂ ਲੱਗਦਾ, ਉੱਥੇ ਹੁੰਦਾ ਨਹੀਂ ਕੁਛ ਵੀ, ਇਹ ਦੂਜੇ ਡਿਸਟਰਾਂ 'ਚ ਵੇਚ ਦਿੰਦੇ ਆ ਜਾ ਕੇ। ਉੱਥੋਂ ਦੇ ਡੀਐਚਓ ਨੂੰ ਕਹੋ, ਉਹਨੂੰ ਜਾ ਕੇ ਫੜ ਲੂਗਾ ਜਾ ਕੇ ਮਾਲ ਨੂੰ, ਤੇ ਕੇਸ ਤਾਂ ਉਹਦੀ ਲੱਗਣਾ ਹੈਗਾ। ਪੂਰੇ ਤਾਂ ਦੇਖੋ, ਮਾਲ ਇੱਕ ਪੇਟੀ ਕਿਸੇ ਪਈ ਹੁੰਦੀ ਹੈ, 10 ਕਿਲੋ ਕਿਸੇ ਦੇ ਪਿਆ ਹੁੰਦਾ ਜੀ ਮਾਰਕੀਟ 'ਚ, ਉਹ ਗਰੀਬ ਡੀਐਚਓ ਨੂੰ ਕਹੋ ਛਪਟ ਪੈ ਸਕਦਾ ਜੀ। ਡੁਲੇ ਵਾਲੇ ਵੀ ਬਹੁਤ ਜ਼ਿਆਦਾ ਛਪਟ ਨੂੰ ਕਹੀ ਤਾਂ ਜਾਣਾ, ਸੁਣ ਮੈਂ ਦੋ ਵਾਰ ਜਾ ਚੁੱਕੇ ਹਾਂ, ਇੱਥੇ ਕੁਛ ਨੀ ਮਿਲਿਆ ਹੈ। ਅਖਬਾਰ ਪੜ੍ਹ ਲਓ, ਅੱਜ ਦਾ ਆਹ ਸੈਨੀਟਾਈਜ਼ਰ ਤਾਂ ਵੇਚੀ ਜਾਂਦੇ ਆ ਗਲੀ ਗਲੀ 'ਚ, ਥਾਂ ਥਾਂ 'ਤੇ ਵੇਚੀ ਜਾਂਦੇ ਆ। 4 ਕੰਪਨੀਆਂ ਵੇਚ ਰਹੀਆਂ ਸੀ, ਅੱਜ ਦਾ ਅਖਬਾਰ ਪੜ੍ਹ ਲਓ, ਅੱਜ ਦੇ ਅਖਬਾਰ 'ਚ ਲਿਖਿਆ ਹੋਇਆ ਜਿਹੜੀ ਜਗ੍ਹਾ 'ਤੇ ਸੈਨੀਟਾਈਜ਼ਰ ਬਣ ਰਹੇ ਆ, ਕੇਸ ਉਹਨਾਂ ਦੇ ਪੈ ਰਿਹਾ, ਉਹ ਫੈਕਟਰੀਆਂ ਦੇ ਛਾਪੇ ਵੱਜ ਰਹੇ ਆ, ਉਹਨਾਂ 'ਤੇ ਨਹੀਂ ਵੱਜਦੇ ਜਿਹੜੀ ਦੁਕਾਨ ਵਾਲਿਆਂ 'ਤੇ। ਅੱਛਾ ਵੀ, ਜੇ ਅਸੀਂ ਤੁਹਾਨੂੰ ਕੰਪਲੇਂਟ ਕਰਦੇ ਤੁਸੀਂ ਨਹੀਂ ਤੇ ਸਾਡੀ ਕੀ ਮੰਨਦੇ ਹੈ? ਜੇ ਅਸੀਂ ਤੁਹਾਨੂੰ ਸਰ ਕੰਪਲੇਂਟ ਕਰਦੇ ਹਾਂ ਵੀ ਤੁਸੀਂ ਇਹ ਚੀਜ਼ ਮੰਨਦੇ ਨਹੀਂ ਜੀ, ਫੂਡ ਇੰਸਪੈਕਟਰ ਆਪਣੇ ਫੂਡ ਕਮਿਸ਼ਨ ਨੂੰ ਕੰਪਲੇਂਟ ਕਰਵਾਓ ਆਪਦੀ, ਬਸ ਲਿਖ ਕੇ ਪਾ ਦਿਓ ਉੱਧਰ। ਮੈਂ ਲਿਖ ਕੇ ਕੀ ਪਾਉਣੀ, ਮੈਂ ਤਾਂ ਫੋਨ 'ਤੇ ਗੱਲ ਹੀ ਕਰੂੰ ਸਰ ਨਾਲ ਜੀ, ਮੇਰਾ ਪੰਨੂ ਸਰ ਨਾਲ ਤਾਂ ਪੰਨੂ ਸਰ ਨਾਲ ਤਾਂ ਮੈਂ ਗੱਲ ਹੀ ਕਰ ਲੂੰਗਾ ਨਾ। ਹਾਂ ਗੱਲ ਕਰ ਲਓ, ਮੈਂ ਗੱਲ ਕਰ, ਕੋਈ ਹਰਜ ਨਹੀਂ ਹੈ, ਕੋਈ ਹਰਜ ਨਹੀਂ ਹੈ। ਪੰਨੂ ਸਾਹਿਬ ਤਾਂ ਤੁਹਾਡੇ ਕੋਲ ਫੋਨ, ਫਿਰ ਮੈਂ ਕਰਵਾ ਦਿੰਦਾ ਪੰਨੂ ਸਾਹਿਬ ਤੋਂ ਕਰਵਾ ਦਿੰਦਾ। ਹਾਂ ਕਰਵਾ ਦਿਓ, ਕਰਵਾ ਦਿਓ, ਚਲੋ ਓਕੇ ਜੀ, ਮੈਂ ਕਰਵਾ ਦਿਓ, ਓਕੇ।
ਆਰਡਰ ਵੀ ਸੀ ਸਾਨੂੰ ਵੀ ਜਾ ਕੇ ਆਓ ਵੀ ਰੇਡ ਮਾਰੋ ਤੇ ਸਾਨੂੰ ਉਪਰੋਂ ਵੀ ਆਰਡਰ ਆਏ ਸੀ ਵੀ ਰੇਡ ਮਾਰਨੀ ਹੈ ਤੇ ਸਾਨੂੰ ਆਪਣਾ ਅਸੀਂ ਪੁਲਿਸ ਲੈ ਕੇ ਗਏ ਸੀ ਜੀ ਹਾਂਜੀ ਹੋਈ ਹੈ ਦੋ ਤਿੰਨ ਸਾਲ ਪਹਿਲਾਂ ਤੇ ਇਹਦੇ ਹੁੰਦੇ ਇੱਕ ਵਾਰੀ ਗਏ ਸੀ ਚੈੱਕ ਕਰਨ ਉਹਦਾ ਸੈਂਪਲ ਲਏ ਸੀ ਅਸੀਂ ਇਹ ਕਿੰਨੇ ਚਿਰ ਦੀ ਗੱਲ ਹੈ ਜੀ ਇਹ ਹੈਗੀ ਗੱਲ ਜਨਵਰੀ ਫਰਵਰੀ ਦੀ ਗੱਲ ਉਦੋਂ ਤੋਂ ਪਹਿਲਾਂ ਨਹੀਂ ਗੱਲ ਦਸੰਬਰ ਦੀ ਨਾ ਨਾ ਉਹ ਤਾਂ ਛੱਡੋ ਜੀ ਹੁਣ ਦੀ ਗੱਲ ਕਹਿੰਦੇ ਕਹਿੰਦੇ ਅਸੀਂ ਦੋ ਤਿੰਨ ਵਾਰੀ ਜਾਏ ਕਹਿੰਦੇ ਪੁਲਿਸ ਨਾਲ ਲੈ ਕੇ ਡੀਸੀ ਸਾਹਿਬ ਦੀ ਆਰਡਰ ਪੀ ਬਸ ਦਸੰਬਰ ਜਨਵਰੀ ਦੀ ਗੱਲ ਹੀ ਇਹ ਜਨਵਰੀ ਦੀ ਗਏ ਸੀ ਮੇਰੇ ਖਿਆਲ ਚ ਜੀ ਨਹੀਂ ਨਹੀਂ ਉਹ ਤਾਂ ਬਹੁਤ ਪੁਰਾਣੀ ਗੱਲ ਤੇ ਹੁਣ ਤੁਸੀਂ ਗਏ ਹੋ ਜੀ 10 ਮਹੀਨੇ 2 ਮਹੀਨੇ ਹੁਣ ਮਹੀਨੇ 2 ਮਹੀਨੇ ਚ ਨਹੀਂ ਗਏ ਜੀ ਉੱਥੇ ਕਿਤੇ ਇਹ ਮੈਨੂੰ ਕਹਿੰਦਾ ਜੀ ਸਾਡਾ ਵੀ ਇੰਸਪੈਕਟਰ ਤੇ ਅਸੀਂ ਤਿੰਨ ਜਾਣੇ ਗਏ ਸੀ ਜੀ ਨਾ ਇਹ ਤਾਂ ਗਏ ਨਹੀਂ ਸੀ ਉਦੋਂ ਇਹ ਤਾਂ ਆਪ ਤਾਂ ਲੁੱਕੇ ਬਹਿ ਗਿਆ ਸੀ ਉਦੋਂ ਦਫ਼ਤਰ ਚ ਜਿਹੜੇ ਮੇਰੇ ਕੰਮ ਹੁੰਦੇ ਲੁੱਕੇ ਬਹਿ ਜਾਂਦਾ ਫਿਰ ਦਫ਼ਤਰ ਚ ਕਿਤੇ ਨਹੀਂ ਜਾਂਦਾ ਜੀ ਅੱਛਾ ਜੀ ਅਸੀਂ ਤਾਂ ਗਏ ਸੀ ਜਨਵਰੀ ਤੋਂ ਪਹਿਲਾਂ ਦੀ ਗੱਲ ਹੋਊ ਕਿਤੇ ਇਹ ਠੀਕ ਹੈ ਜੀ ਉਦੋਂ ਬਾਅਦ ਨਹੀਂ ਗਏ ਇੱਕ ਵਾਰ ਫਿਰ ਕਹਿੰਦਾ ਜੀ ਮੈਨੂੰ ਇਹਦੇ ਹੁੰਦੇ ਹੈ ਜੀ ਮਤਲਬ ਜੋ ਡੀ ਐਚ ਓ ਲੱਗੇ ਇੱਕ ਵਾਰੀ ਗਏ ਹਾਂ ਉੱਥੇ ਅਸੀਂ ਸੈਂਪਲ ਲੈ ਸੀ ਉਹ ਬੰਦੇ ਦੇ ਪਾਸ ਆ ਗਏ ਸੀ ਬਾਈ ਚਾਂਸ ਠੀਕ ਹੈ ਉਦੋਂ ਬਾਅਦ ਦੁਬਾਰਾ ਅਸੀਂ ਕਦੇ ਨਹੀਂ ਗਏ ਜੀ ਉੱਥੇ ਉਦੋਂ ਗਈ ਸੀ ਪੁਲਿਸ ਵੀ ਗਈ ਸੀ ਪਰ ਇਹ ਗੱਲ ਹੋ ਗਈ ਫਿਰ ਨਹੀਂ ਆਉਂਦਾ ਪੁਰਾਣੀ ਗੱਲ ਨਹੀਂ ਅੱਛਾ ਹੁਣ ਨਹੀਂ ਗਏ ਤੁਸੀਂ ਆਪਣੀ 10-20 ਦਿਨਾਂ 'ਚ 10-20 ਦਿਨਾਂ 'ਚ ਮਹੀਨੇ 'ਚ ਮੈਂ ਕਹਿੰਦਾ 4 ਮਹੀਨੇ 'ਚ ਤੱਕ ਹੋਏ ਨਹੀਂ ਕੰਮ ਹੀ ਨਹੀਂ ਕਰਨ ਦਿੱਤਾ ਨਾ ਕੋਈ ਅੱਛਾ ਤੇ ਸਮਝ ਲਓ ਵੀ 20 ਮਈ ਤੋਂ 20 ਮਾਰਚ ਤੋਂ ਬਾਅਦ ਸਾਡੇ ਰਸਤਾ ਦੇ ਵਿੱਚ ਸਿਰਫ ਇੱਕ ਵਾਰ ਰੇਡ ਹੋਈ ਸਿਰਫ 6 ਸੈਂਪਲ ਹੋਏ ਨੇ ਬਸ ਤੇ ਕੋਈ ਇੱਥੇ ਕੰਮ ਇਹ ਡੀ ਐਚ ਓ ਨੂੰ ਕਿੰਨੀ ਦੇਰ ਹੋ ਗਿਆ ਇਹਨੂੰ ਇਹਨੂੰ ਹੋ ਗਏ ਕੰਮ ਨਵੰਬਰ 'ਚ ਆਇਆ ਅਕਤੂਬਰ 'ਚ ਆ ਗਿਆ ਸੀ 25-26 ਅਕਤੂਬਰ ਨੂੰ ਅੱਛਾ ਜੀ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਹਾਡੇ ਤਾਂ ਉਰੇ ਗੜ ਹੈ ਮੈਂ ਕਿਹਾ ਵੀ ਜੋ ਇੱਕ ਪੁੱਛੋ ਕੰਮ ਕਰਦਾ ਵੀ ਬਾਕੀ ਬਠਿੰਡੇ ਬਹੁਤ ਜਾਣੇ ਕੰਮ ਕਰਦੇ ਆ ਤੇ ਉਹ ਕਹਿੰਦੇ ਸਾਡੇ ਤਾਂ ਉਰੇ ਬਿਲਕੁਲ ਕਲੀਅਰ ਹੈ ਵੀ ਕੋਈ ਨਹੀਂ ਕਰਦਾ ਕਹਿੰਦਾ ਕੰਮ ਇਹੀ ਗੱਲ ਹੀ ਕਰਦਾ ਸੀ ਮੇਰੇ ਨਾਲ ਤਾਂ ਫਿਰ ਤਾਂ ਐਂ ਕਹੂਗਾ ਨਾ ਕਲੀਅਰ ਤਾਂ ਚੈੱਕ ਕਰਕੇ ਪਤਾ ਲੱਗੂ ਮੈਂ ਕਿਸੇ ਦਾ ਚੈੱਕ ਹੀ ਕਰੂਗਾ ਇਹ ਇਹ ਫਿਰ ਇਹ ਇਹਨਾਂ ਨੂੰ ਇਹਦੀ ਸੈਟਿੰਗ ਹੋਈ ਵੀ ਜੀ ਫਿਰ ਬਿਲਕੁਲ ਸੈਟਿੰਗ ਹੈ ਜੀ ਸਾਰਿਆਂ ਦਾ ਸੈਟਿੰਗ ਹੈ ਜੀ ਸਾਰਿਆਂ ਦਾ ਪੈਸੇ ਲੈਂਦਾ ਹੈ ਸਭ ਤੋਂ ਪੈਸੇ ਲੈਂਦਾ ਜੀ ਸਭ ਤੋਂ ਪੈਸੇ ਲੈਂਦਾ ਹੈ ਕੋਕੇ ਲੈਂਦਾ ਵੈਸੇ ਕੰਮ ਦੇ ਹਿਸਾਬ ਨਾਲ ਅੱਛਾ ਕੰਮ ਦੇ ਹਿਸਾਬ ਨਾਲ ਪੈਸੇ ਲੈਂਦਾ ਜੀ ਹਾਂ ਤੇ ਇੱਕ ਇਹ ਕਹਿੰਦੇ ਪੱਤਰਕਾਰ ਵੀ ਸਾਡੇ ਮਗਰ ਪਿਆ ਹੋਇਆ ਕਹਿੰਦਾ ਵੀ ਸੈਂਪਲ ਭਰਨੇ ਡੂਲੇ ਵਾਲ ਦੇ ਇਹ ਗੱਲ ਸਹੀ ਹੈ ਗਲਤ ਹੈ ਜੀ ਮੈਂ ਤੁਹਾਨੂੰ ਦੱਸਿਆ ਇੱਕ ਵਾਰੀ ਹੋਇਆ ਜੀ ਸਾਰਾ ਕੁਛ ਅੱਛਾ ਪਹਿਲਾਂ ਹੀ ਹੋਇਆ ਦਸੰਬਰ ਦਾ ਜੀ ਹਾਂਜੀ ਹਾਂ ਹਾਂ ਅੱਛਾ ਹੁਣ ਦੀ ਤਾਜ਼ੀ ਕੋਈ ਲੇਟੈਸਟ ਨਿਊਜ਼ ਕੋਈ ਤਾਜ਼ਾ ਕੋਈ ਮਰਚਾਜ ਅਸੀਂ 4 ਮਹੀਨੇ ਦਾ ਕੁਝ ਕੰਮ ਹੀ ਨਹੀਂ ਹੋਇਆ ਜੀ ਸਾਡਾ ਕੋਈ ਇਹ ਉਦੋਂ ਵੀ ਸਮਝੋ ਮਾਰਚ ਤੋਂ ਤੱਕ ਤਾਂ ਕੰਮ ਹੋਇਆ ਨਹੀਂ ਉਦੋਂ ਵੀ 2-3 ਮਹੀਨੇ ਪਹਿਲਾਂ ਦੀ ਗੱਲ ਹੋ ਗਈ ਜੀ ਫਿਰ ਤੁਸੀਂ ਸੈਂਪਲ ਕਿਉਂ ਨਹੀਂ ਭਰ ਰਹੇ ਫਿਰ ਸੈਂਪਲ ਜੇ ਮੈਨੂੰ ਆਰਡਰ ਕਰੂਗਾ ਫਿਰ ਹੀ ਭਰੂਗਾ ਜੀ ਮੈਂ ਤਾਂ ਜੇ ਆਰਡਰ ਕਰੂਗਾ ਇਹ ਟੀਮ ਬਣਾਊਗਾ ਨਹੀਂ ਤੁਹਾਡੇ ਕੋਲ ਫਿਰ ਉੱਪਰੋਂ ਆਪਣੇ ਤੁਹਾਡੇ ਜਿਹੜੇ ਕਮਿਸ਼ਨਰ ਆਏ ਪੰਜਾਬ ਦੇ ਪੰਨੂ ਸਾਹਿਬ ਉਹ ਤੁਹਾਨੂੰ ਹਾਂਜੀ ਹਾਂਜੀ ਉਹ ਵੀ ਦੇਖੋ ਇੰਨੇ ਇਮਾਨਦਾਰ ਆਫਿਸਰ ਹੈ ਦੇਖੋ ਇੰਨੇ ਸਭ ਮੈਂ ਤੁਹਾਨੂੰ ਪਤਾ ਕੀ ਦੱਸਦਾ ਜੀ ਉਹਨਾਂ ਦਾ ਕੰਮ ਹੁੰਦਾ ਇਹਨੂੰ ਡੀ ਐਚ ਨੂੰ ਸਲਿੱਪਾਂ ਇਸ਼ੂ ਕਰਨ ਦੀ ਅੱਛਾ ਜੀ ਸਲਿੱਪਾਂ ਹੁੰਦੀਆਂ ਸਾਡੀ ਸਰਕਾਰੀ ਸਲਿੱਪਾਂ ਹੁੰਦੀਆਂ ਉਹ ਇਸ਼ੂ ਕਰਨਾ ਡੀ ਐਚ ਨੂੰ ਵੀ ਤੁਸੀਂ ਇਹਦੇ ਬੇਸ ਤੇ ਸੈਂਪਲ ਭਰੋ ਹੁਣ ਜਾਂ ਭਰਾਓ ਹਾਂਜੀ ਉਦੋਂ ਬਾਅਦ ਉਹ ਸਲਿੱਪਾਂ ਸਾਨੂੰ ਡੀ ਐਚ ਦਿੰਦਾ ਜਾਂ ਆਰਡਰ ਕਰਦਾ ਡੀ ਸਲਿੱਪਾਂ ਤੁਸੀਂ ਆਰਡਰ ਕਰਦਾ ਟੀਮ ਬਣਾਉਂਦਾ ਹੁੰਦਾ ਵੀ ਐਂ ਕਰਕੇ ਸੈਂਪਲ ਕੀਤੀ ਜਾਵੇ ਹਾਂਜੀ ਤੇ ਜੇ ਆਰਡਰ ਸਾਨੂੰ ਆਰਡਰ ਹੋਊਗੀ ਟੀਮ ਹੋ ਗਈ ਫਿਰ ਤਾਂ ਕਰ ਸਕਦੇ ਸੈਂਪਲਿੰਗ ਨੂੰ ਤਾਂ ਕਰ ਹੀ ਨਹੀਂ ਸਕਦੇ ਨਾ ਤਾਂ ਜੀ ਗੱਡੀ ਹੈਗੀ ਉੱਥੇ ਸਾਡੇ ਗੱਡੀ ਕਲਾਸ ਫੋਰ ਹੁੰਦੀ ਰੱਖਦੇ ਜੀ ਜਾਂ ਆਪ ਜਿਹੜੇ ਮਾਰੀ ਉਹ ਗੱਡੀ 'ਚ ਬਹਿ ਕੇ ਤਿਆਰ ਜਾਂ ਕਲਾਸ ਫੋਰ ਮਾਰਦਾ ਜਿਹੜੇ ਫਿਰ ਕਲਾਸ ਫੋਰ ਕੀ ਕਰਦਾ ਜੀ ਜਾ ਕੇ ਕਲਾਸਪੁਰ ਸਾਰਾ ਕੁਝ ਕਰਦਾ ਹੋਊ ਪਤਾ ਨਹੀਂ ਕੀ ਕਰਦਾ ਹੁਣ ਕਲਾਸਪੁਰ ਜਾ ਹੀ ਨਹੀਂ ਸਕਦਾ ਬਿਨਾਂ ਉੱਥੋਂ ਕੋਈ ਅਫਸਰ ਤੋਂ ਗੱਡੀ ਕਲਾਸਪੁਰ ਨੂੰ ਦੇ ਰੱਖਦਾ ਗੱਡੀ ਕਿ ਆਪ ਜਾਂਦਾ ਗੱਡੀ ਕਿ ਨਹੀਂ ਆਪ ਜਾਂਦਾ ਕਿੱਥੇ ਫਿਰ ਇਹ ਪੇਮੈਂਟ ਕਿੱਥੇ ਕਰਨ ਜਾਂਦੇ ਪਤਾ ਮੈਂ ਤਾਂ ਜੀ ਦਫ਼ਤਰ 'ਚ ਹੁੰਦਾ ਮੈਨੂੰ ਪਤਾ ਹੀ ਨਹੀਂ ਚੱਲਦਾ ਜੀ ਮੈਂ ਤਾਂ ਦਫ਼ਤਰ 'ਚ ਕਲਾਸਪੁਰ ਵਾਲੇ ਕੰਮ ਕਰਾਉਂਦਾ ਮੈਂ ਸਿਖਾਉਂਦਾ ਠੀਕ ਹੈ ਜੀ ਇਹਦਾ ਤਾਂ ਕੰਮ ਸਿੱਖਿਆ ਤਾਂ ਓਪਨਲੀ ਸ਼ਰਿਆਮ ਗੁੰਡਾਗਰਦੀ ਕਰ ਰਿਹਾ ਉੱਥੇ ਬਸ ਇਹ ਤਾਂ ਇਹ ਹੈ ਵੀ ਡੀ ਐਚ ਜਿਹੜਾ ਹੁੰਦਾ ਉਹੀ ਹੁੰਦਾ ਸੁਪਰੀਮ ਕੋਰਟ ਦਾ ਜੱਜ ਹੁੰਦਾ ਡੀ ਐਚ ਮਤਲਬ ਤੁਸੀਂ ਵੀ ਕਹਿ ਰਹੇ ਹੋ ਵੀ ਸਭ ਤੋਂ ਪੇਮੈਂਟ ਲਈ ਜਾਂਦਾ ਫਟਾਫਟ ਇਹ ਆਪਣੇ ਆਪ ਤਾਂ ਹੈ ਨੀ ਚੱਕ ਕੇ ਮੈਂ ਗੱਡੀ ਨਿਕਲ ਜਾ ਉੱਥੇ ਆਰਡਰ ਹੋਣਗੇ ਪਹਿਲਾਂ ਟੀਮ ਬਣੋਗੇ ਫਿਰ ਸੈਂਪਲਿੰਗ ਹੋਊਗੀ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਨਹੀਂ ਡੁੱਲੇ ਵਾਲਾ ਅਸੀਂ 2-3 ਵਾਰੀ ਜਾ ਆਏ ਜੀ ਹੁਣ ਕਹਿੰਦੇ ਸਾਨੂੰ ਕੁਛ ਨਹੀਂ ਮਿਲਿਆ ਉੱਥੋਂ ਬਿਲਕੁਲ ਕਲੀਅਰ ਹੈ ਨਾ ਅਸੀਂ ਇਹਦੇ ਹੁੰਦੇ ਇੱਕ ਵਾਰੀ ਗਏ ਜੀ ਸਰ ਉਹ ਵੀ ਦਸੰਬਰ 'ਚ ਗਏ ਨਵੰਬਰ 'ਚ ਤੁਸੀਂ ਕਹਿੰਦੇ ਦਸੰਬਰ ਜਾਂ ਜਨਵਰੀ ਦੀ ਗੱਲ ਹੋ ਕੋਈ ਅੱਛਾ ਉਦੋਂ ਬਾਅਦ ਗਏ ਨਹੀਂ ਕਦੇ ਤੁਸੀਂ ਉਦੋਂ ਬਾਅਦ ਨਹੀਂ ਗਏ ਮਗਰ ਦਿਹਾੜੀ ਮੋਟੀ ਪੈ ਜਾਂਦਾ ਫਿਰ ਤਾਂ
ਮੈਂ ਤਾਂ ਦੇਖੋ ਮੈਂ ਨੀ ਕਹਿੰਦਾ ਇਸ ਗੱਲ ਦਾ, ਬਟ ਮੈਂ ਤੁਹਾਨੂੰ ਕਲੀਅਰ ਗੱਲ ਦੱਸਤੀ ਵੀ ਸੈਂਪਲਿੰਗ ਨਹੀਂ ਹੋਈ ਸਾਡੀ ਪਿਛਲੇ 4 ਮਹੀਨਿਆਂ ਦੀ ਕੋਈ ਸੈਂਪਲਿੰਗ ਨਹੀਂ ਹੋਈ, ਠੀਕ ਹੈ? ਜੇ ਸੈਂਪਲਿੰਗ ਹੋਊਗੀ ਫਿਰ ਹੀ ਪਤਾ ਲੱਗੂ ਸਾਨੂੰ ਤਾਂ ਕੰਮ ਕੀ ਕੀ ਨਹੀਂ ਹੈਗਾ, ਸਾਨੂੰ ਤਾਂ ਦਫ਼ਤਰ 'ਚ ਪਾਇਆ ਹੋਇਆ ਜੀ। ਦੁਲਿਆਲ ਤੋਂ ਕਿੰਨੇ ਪਹਿਲੇ ਤੇ ਹੁਣ ਤੁਹਾਡੇ ਖਾਤੇ ਨੇ ਜੀ? ਮੈਂ ਨਹੀਂ ਮੈਨੂੰ ਪਤਾ ਜੈਸੀ ਗੱਲ, ਲੱਤੋਂ 20-30 ਹਜ਼ਾਰ ਰੁਪਏ ਦਾ ਮੂਲ ਮੈਂ ਕਹਿੰਦਾ ਕੁਛ ਨਹੀਂ ਕਹਿ ਸਕਦਾ ਗੱਲ ਦਾ ਜੀ, ਆਪਾਂ ਔਨ ਰਿਕਾਰਡ ਗਲਤ ਗੱਲ ਕਹਿੰਦੀ ਜੀ, ਪਰ ਤੁਹਾਨੂੰ ਮੈਂ ਕਹਾਣੀ ਦੱਸਤੀ ਦੇਖੋ, ਇਹ ਇਹੀ ਕਹਾਣੀ ਹੈ ਵੀ ਉਦੋਂ ਬਾਅਦ ਸੈਂਪਲਿੰਗ ਨਹੀਂ ਹੋਏਗੀ ਉੱਥੇ ਕੋਈ, ਤੇ ਸੈਂਪਲਿੰਗ ਤੱਕ ਅਸੀਂ ਨਹੀਂ ਕਰ ਰਹੀ ਫਿਰ ਵੀ ਇਹਨੇ ਪੇਮੈਂਟ ਬਣੀ ਹੋਈ ਹੈ ਜੀ ਲੋਕਾਂ ਨਾਲ, ਇਹੀ ਹੋ ਸਕਦਾ ਜੀ। ਹਾਂ ਜੀ ਸਾਡੇ ਬਰਾਲੇ ਆ ਜਾਓ ਕਿਸੇ ਦਿਨ, ਕੋਈ ਤੁਸੀਂ ਆ ਜਾਓ ਤੁਹਾਨੂੰ ਬਹਿ ਕੇ ਗੱਲ ਦੱਸ, ਮੇਰੇ ਨਾਲ ਗੱਲ ਤਾਂ ਕਰੋ ਪਹਿਲਾਂ ਤੁਸੀਂ। ਤੇ ਹੁਣ ਸਾਡੇ ਜਿਵੇਂ ਸਰ ਵੀ ਬਰਨਾਲੇ ਦੇਖੋ ਇੰਨੇ ਸਿੰਪਲ ਭਰਦੇ ਆ, ਸਾਡੇ ਤਾਂ ਉਰੇ ਚਲੋ ਠੀਕ ਹੈ ਆਪਣਾ ਪਹਿਲਾਂ ਸੀ ਬਰਨਾਲੇ ਦੇਖੋ ਉਹਦੀ ਸੈਟਿੰਗ ਸਾਰੇ ਨਾਲ, ਤੁਸੀਂ ਆ ਜਾਓ ਕੋਈ ਗੱਲ ਨਹੀਂ ਆ ਜਾਓ ਤੁਹਾਨੂੰ ਦੱਸ ਦੂੰਗਾ ਸਾਰੀ ਗੱਲ, ਦੱਸੋ ਸੀ ਮਾੜਾ ਠੀਕ ਹੈ ਜੀ, ਚਲੋ ਠੀਕ ਹੈ ਜੀ, ਓਕੇ। हाँ जी तरुण जी, हाँ ठीक है जी, मैं माड़ा बजे रहा जी, फिर मैं हल करिए फिर डी एच ओ का ਨਹੀਂ ਵੀਰ ਜੀ, ਹੁਣ ਇਹ ਮਤਲਬ ਕਿ ਪੈਸੇ ਬਜਟ ਲੈਂਦਾ ਕਿ ਨਹੀਂ ਲੈਂਦਾ ਦੱਸੋ ਮੈਨੂੰ ਸਾਰੀ ਕਹਾਣੀ, ਕਿਉਂਕਿ ਫਿਰ ਹੀ ਮੈਂ ਗੱਲ ਲੈਂਦਾ ਜੀ, ਤੁਹਾਨੂੰ ਦੱਸੀ ਦੇਣਾ ਲੈਂਦਾ ਜੀ, ਮੋਟੇ ਪੈਸੇ ਲੈਂਦਾ ਸਭ ਤੋਂ ਜੀ, ਸਭ ਤੋਂ ਲੈਂਦਾ ਜੀ, ਸਭ ਤੋਂ ਲੈਂਦਾ ਇਹ ਡੀ ਐਚ ਦਾ ਨਾਂ ਕੀ ਹੈ? ਰਮੇਸ਼ਵਰ, ਰਮੇਸ਼ ਕੁਮਾਰ ਮਹੇਸ਼ਵਰੀ, ਰਮੇਸ਼ਵਰੀ, ਰਮੇਸ਼ ਕੁਮਾਰ ਮਹੇਸ਼ਵਰੀ, ਅੱਛਾ ਅੱਛਾ ਜੀ, ਫਿਰ ਹੀ ਮੈਂ ਕਿਹਾ ਵੀ ਗੱਲ ਕਰਨ ਦਾ ਫਾਇਦਾ ਸਰ ਨਾਲ, ਵੀ ਦੇਖੋ ਵੀ ਡੀ ਐਚ ਓ ਵੀ ਕਿੰਨੇ ਪੈਸੇ ਲੈ ਰਹੇ, ਦੇਖੋ ਜੀ ਕਦੇ ਕਾਹਲੀ ਦਾ ਕੰਮ ਨਹੀਂ ਕਰ ਰਹੇ, ਦੇਖੋ ਨਹੀਂ ਫਿਰ ਉਹ ਦੱਸਾਂਗੇ ਨਾ ਵੀ ਸਰ, ਉਹਨਾਂ ਨੇ ਸਰ ਨੂੰ ਦੱਸਾਂਗੇ ਨਾ ਵੀ ਪੈਸੇ ਲੈ ਰਹੇ ਤਾਂ ਹੀ ਨਹੀਂ ਕੰਮ ਕਰ ਰਹੇ ਜੀ, ਇਹ ਅੱਛਾ ਡਰਾਵੇ ਦੇ ਕੇ ਪੈਸੇ ਇਕੱਠੇ ਕਰਦਾ ਹੈ, ਅੱਛਾ ਅੱਛਾ, ਫਿਰ ਘਿਓ ਘੂ ਵਾਲਾ ਤਾਂ ਸਭ ਤੋਂ ਲੈਂਦਾ ਹੈ ਨਾ ਇਹ, ਤਾਂ ਹੀ ਸੈਂਪਲਿੰਗ, ਸੈਂਪਲਿੰਗ ਤਾਂ ਹੀ ਨਹੀਂ ਹੋ ਰਹੀ, ਫਿਰ ਤਾਂ ਜਿਵੇਂ ਥੋੜ੍ਹੇ ਜੇ ਵੀਰ ਜੀ ਮੇਰੀ ਗੱਲ ਸੁਣੋ ਇੱਕ ਮਿੰਟ, ਜੇ ਤੁਹਾਨੂੰ ਆਪਣਾ ਪੰਨੂ ਸਰ ਤੋਂ ਆਰਡਰ ਦਵਾ ਦਈਏ ਜੀ ਸੈਂਪਲ ਭਰੋ, ਤੁਸੀਂ ਘਿਓ ਦੇ ਸੈਂਪਲ ਕਿੰਨੇ ਭਰ ਦੋਗੇ ਸੋਮਵਾਰ ਨੂੰ ਜੀ, ਫੈਕਟਰੀਆਂ ਜਿਹੜੇ ਨਕਲੀ ਘਿਓ ਵੇਚਦੇ ਜੀ? ਹਾਂਜੀ ਵੀਰ ਜੀ, ਐਂ ਨਹੀਂ ਗੱਲ, ਵੀ ਗੱਲ ਸੁਣੋ, ਤੁਹਾਨੂੰ ਜੇ ਸਪੈਸ਼ਲ ਪੰਨੂ ਸਰ ਵੀ ਕਹਿ ਦੇਣ, ਡਾਇਰੈਕਟ ਹੀ ਕਹਿ ਦੇਣ ਜੀ ਡੀ ਐਚ ਓ ਵਿੱਚ ਨਾ ਪਾਉਣ, ਫਿਰ ਤੁਸੀਂ ਕਿੰਨੇ ਸੈਂਪਲ ਭਰ ਦੋਗੇ ਸੋਮਵਾਰ ਨੂੰ ਜਿਹੜੇ ਨਕਲੀ ਘਿਓ ਵਾਲੇ ਜੀ? ਨਕਲੀ ਪਨੀਰ ਵਿਕੀ ਜਾਂਦੇ, ਡੈਰੀਆਂ ਦੇ ਵਿਕੀ ਜਾਂਦੇ ਨੇ, ਠੀਕ ਹੈ ਨਾ, ਹਲਵਾਈਆਂ ਦੇ ਕੰਮ ਚੱਲੀ ਜਾਂਦੇ ਨੇ, ਹੋਰ ਚੱਲੀ ਜਾਂਦੇ, ਮਸਾਲੇ ਚੱਲੀ ਜਾਂਦੇ ਨੇ, ਹੋਰ ਚੱਲੀ ਜਾਂਦੇ ਨੇ। ਵੀਰ ਜੀ ਜਿਹੜੇ ਨਕਲੀ ਪਨੀਰ ਦਾ ਪਨੀਰ ਹੈ ਜੀ, ਇਹ ਇਹ ਕੇਸ ਅਨਸੇਫ ਹੁੰਦੇ ਹੁੰਦੇ ਜੀ ਇਹਨਾਂ ਦੇ? ਅਨਸੇਫ ਨਹੀਂ ਹੁੰਦੇ ਜੀ, ਨਕਲੀ ਪਨੀਰ 'ਚ ਫੈਟ ਫੂਟ ਘੱਟ ਪਾ ਕੇ ਬਣਾਏ ਜਾਂਦੇ, ਉਹ ਕੰਮ ਹੈ ਨਹੀਂ ਸਾਡੇ ਏਰੀਏ 'ਚ, ਵੀ ਆਪਾਂ ਕਹੀਏ ਵੀ ਯੂਰੀ ਵਾਲੇ ਕੰਮ ਜਾਏ, ਹੋਰ ਕੰਮ ਚੱਲਦਾ, ਇਹਦਾ ਕੰਮ ਨਹੀਂ ਹੋ ਰਿਹਾ, ਕੋਈ ਮਾੜਾ ਚੱਲ ਰਿਹਾ ਬਸ, ਘਟੀਆ ਪਨੀਰ ਜਿਵੇਂ ਕਹਿੰਦੇ ਹੁੰਦੇ ਆ। ਅੱਛਾ, ਜਦ ਮਸਾਲੇ ਵਿਕ ਰਹੇ ਜਦ 2 ਨੰਬਰ 'ਚ, ਜਾਂ ਵੀ ਨਕਲੀ ਘਿਓ ਹੈ ਨਾ ਜ਼ਿਆਦਾ?
ਹਾਂ ਝੋਕ ਝੂ ਬਚੀ ਜਾਂਦਾ ਹੋਰ ਬਾਕੀ ਮੈਨੂੰ ਵੀ ਹੁਣ ਪਤਾ ਕੀ ਹੈ ਜੀ ਮੈਂ ਤਾਂ ਹੁਣ ਤੁਸੀਂ ਦੇਖੋ ਨਾ ਮੈਂ ਹੁਣ ਮੇਰੇ ਕੋਲ ਪੂਰਾ ਜ਼ਿਲ੍ਹਾ ਜੇ ਮੈਂ ਮੈਨੂੰ ਕੋਲ ਗੱਡੀ ਹੋਊਗੀ ਮੈਨੂੰ ਘੁੰਮਣ ਨੂੰ ਮਿਲੂਗਾ ਏਰੀਆ ਕੁਛ ਹੋਰ ਮਿਲੂਗਾ ਫੇਰ ਹੀ ਮੈਨੂੰ ਪਤਾ ਲੱਗੂ ਏਰੀਆ ਬਾਰੇ ਕੋਈ ਜਾਂਚ ਹੋਊਗੀ ਠੀਕ ਹੈ ਇਹ ਤਾਂ ਗੱਲ ਸੁਣ ਲਈ ਇੰਸਪੈਕਟਰ ਨੂੰ ਮਤਲਬ ਤੁਸੀਂ ਤੁਰਨ ਫਿਰਨ ਨੂੰ ਦਿਓਗੇ ਕੋਈ ਜਾਣ ਨੂੰ ਦਾ ਪਤਾ ਹੋਊਗਾ ਵੀ ਕਿੱਥੇ ਜਾਣਾ ਕਿੱਥੇ ਨਹੀਂ ਕੋਈ ਟੀਮ ਬਣੂਗੀ ਕੋਈ ਹੋਰ ਫੇਰ ਹੀ ਪਤਾ ਲੱਗੂਗਾ ਨਾ ਉਹੀ ਗੱਲ ਆ ਵੀਰ ਜੀ ਹੁਣ ਜਿਵੇਂ ਤੁਹਾਡੇ ਆਪਣੇ ਪੰਨੂ ਸਾਹਿਬ ਇੰਨੇ ਸਖਤ ਵਧੀਆ ਆਫਿਸਰ ਹੈ ਐਂ ਤੁਹਾਡੇ ਦੋ ਆਫਿਸਰ ਹੀ ਆ ਦੇਖੋ ਤਿੰਨ ਜਿਵੇਂ ਚਰਨਜੀਤ ਹੋ ਗਿਆ ਤੁਸੀਂ ਹੋ ਗਏ ਇੱਕ ਅੱਧਾ ਹੋਰ ਹੈ ਜੀ ਬਸ ਬਾਕੀ ਤਾਂ ਸਾਰੇ ਗਲਤ ਹੀ ਆ ਜੀ ਉਹ ਪੰਨੂ ਸਾਹਿਬ ਤਾਂ ਬੇਚਾਰੇ ਇੰਨੀ ਮਿਹਨਤ ਕਰਦੇ ਆ ਦੇਖੋ ਘਰੋਂ ਦਫ਼ਤਰ ਜਾਣਾ ਦਫ਼ਤਰੋਂ ਘਰੇ ਆ ਜਾਣਾ ਮੈਨੂੰ ਇਹਦੀ ਤਾਂ ਹੀ ਪਤਾ ਲੱਗੂਗਾ ਨਾ ਮੈਨੂੰ ਦਫ਼ਤਰੋਂ ਨਿਕਲਣ ਦਾ ਉਹ ਹੋਊਗਾ ਕੋਈ ਗੱਡੀ ਹੋਊਗੀ ਮੇਰੇ ਕੋਲ ਕੁਛ ਹੋਰ ਹੋਊਗਾ ਸਰਕਾਰੀ ਗੱਡੀ ਹੋਊਗੀ ਤਾਂ ਹੀ ਜੇ ਕਿਸੇ ਦਰਵਾਜ਼ਾ ਖੜਕਾਉਣਾ ਹੈ ਤਾਂ ਹੈ ਨਹੀਂ ਮੈਂ ਆਪਦੀ ਗੱਡੀ ਜਾ ਕੇ ਖੜਕਾ ਦੂੰ ਦਰਵਾਜ਼ਾ ਚੈੱਕ ਕਰਨ ਲਈ ਹੋਰ ਹਾਂਜੀ ਹਾਂ ਇਹ ਤਾਂ ਗੱਲ ਸਹੀ ਆ ਬੜੀ ਜੀ ਜੇ ਤੁਸੀਂ ਮਤਲਬ ਕਿ ਸੈਂਪਲ ਇੱਕ ਦੋ ਜਾਣੇ ਘਿਓ ਵਾਲੇ ਕੰਪਨੀਆਂ ਦੇ ਭਰਦੇ ਹੋ ਫੈਕਟਰੀਆਂ ਜਾ ਕੇ ਜੀ ਜਿਹੜੇ ਦੋ ਨੰਬਰ ਵੇਚਦੇ ਆ ਤੇ ਫਿਰ ਦੂਜਿਆਂ ਨੂੰ ਇਹ ਫੋਨ ਕਰ ਦੂਗਾ ਜੀ ਆਪ ਈ ਡੀ ਐਚ ਓ ਅੱਛਾ ਪਹਿਲਾਂ ਹੀ ਕਰਦੇ ਉਹ ਤੁਹਾਡੇ ਫੈਕਟਰੀ ਵਿੱਚ ਹੈਗੀ 10-12 ਤੁਹਾਡੇ 10-12 ਫੈਕਟਰੀ ਹੈਗੀ ਕੰਮ ਕਰਦੀ ਜੀ 3-4 ਫੈਕਟਰੀ ਆ ਜੀ ਹੁਣ ਸਿਰਫ 3-4 ਫੈਕਟਰੀ ਕੰਮ ਕਰਦੀ ਅੱਜ ਹਾਂ 3-4 ਫੈਕਟਰੀ ਬਸ ਉੱਥੇ ਬਾਕੀ ਹੁਣ ਮੈਨੂੰ ਤਾਂ ਜੇ ਉਹੀ ਗੱਲ ਹੈ ਜੀ ਜੇ ਮੈਂ ਏਰੀਆ 'ਚ ਘੁੰਮੂਗਾ ਮੈਂ ਤਾਂ ਹੁਣ 8 ਮਹੀਨੇ ਹੋ ਗਏ ਜੀ ਮਾੜਾ ਮੋਟਾ ਪਹਿਲਾਂ ਜੋ ਅੰਮ੍ਰਿਤਪਾਲ ਹੁੰਦੇ ਸਾਡੇ ਅਸਿਸਟੈਂਟ ਕਮਿਸ਼ਨਰ ਸੋਢੀ ਸਾਹਿਬ ਹਾਂ ਸੋਢੀ ਸਾਹਿਬ ਉਹ ਤਾਂ ਅਸੀਂ ਠੋਕ ਕੇ ਕੰਮ ਕੀਤਾ ਤੁਸੀਂ ਐਂ ਦੇਖੋ ਵੀ ਉਹ 3 ਮਹੀਨਿਆਂ ਦੇ ਵਿੱਚ ਮੈਂ 150-200 ਸੈਂਪਲ ਭਰੇ ਉਹਨਾਂ 3 ਮਹੀਨਿਆਂ 'ਚ ਹਾਂਜੀ ਹਾਂਜੀ ਗੱਲ ਸਹੀ ਹੈ ਜੀ ਉਹ ਜਦੋਂ ਡੀ ਐਚ ਓ ਦੀ ਤੁਹਾਡੀ ਇਹਨਾਂ ਇਹਨਾਂ ਨਾਲ ਸਭ ਨਾਲ ਸੈਟਿੰਗ ਹੋਈ ਵੀ ਫਿਰ ਤੁਹਾਨੂੰ ਕਿੱਥੋਂ ਜਾਣ ਦੇਣਗੇ ਚਲੋ ਫਿਰ ਕਰਕੇ ਮਤਲਬ ਇਹ ਗੱਲ ਕਰੋ ਤੁਸੀਂ ਉਹਨਾਂ ਨੂੰ ਵੀ ਕਲਾਸ 4 ਜਾਂਦਾ ਜੀ ਗੱਡੀ ਲੈ ਕੇ ਉੱਥੇ ਸਰਕਾਰੀ ਗੱਡੀ ਲੈ ਕੇ ਕਲਾਸ 4 ਜਾਂਦਾ ਉੱਥੇ ਉਹ ਇਨਸਪੈਕਸ਼ਨ ਕਰਕੇ ਆਉਂਦਾ ਫੈਕਟਰੀ ਦੀ ਅੱਛਾ ਜੀ ਇਨਸਪੈਕਟਰ ਤੋਂ ਕਲੈਰੀਕਲ ਕੰਮ ਲੈ ਜਾਂਦਾ ਉਹ ਉੱਥੇ ਦਸਤੇ ਕੰਮ ਲੈ ਜਾਂਦਾ ਠੀਕ ਹੈ ਕੋਈ ਸੈਂਪਲਿੰਗ ਦੇ ਆਰਡਰ ਨਹੀਂ ਹੋ ਰਿਹਾ ਉਹ ਤਾਂ ਕੀ ਨਾਮ ਹੈ ਜੀ ਕਲਾਸ 4 ਦਾ ਰਮੂ